ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਾਰਜਕਾਲ 9 ਮਹੀਨੇ ਹੋਰ ਵਧਾ ਦਿੱਤਾ ਗਿਆ ਹੈ। ਹੁਣ ਸੁਰੇਸ਼ ਅਰੋੜਾ ਸਤੰਬਰ 2019 ਤੱਕ ਪੰਜਾਬ ਦੇ ਡੀਜੀਪੀ ਰਹਿਣਗੇ। ਕਿਉਂ ਦੋ ਵੱਖ ਵੱਖ ਪਾਰਟੀ ਦੀ ਸਰਕਾਰਾਂ ਦੌਰਾਨ ਵੀ ਸੁਰੇਸ਼ ਅਰੋੜਾ ਡੀਜੀਪੀ ਲਈ ਪਹਿਲੀ ਪਸੰਦ ਨੇ, ਜਾਣੋ ਸਾਡੀ ਖਾਸ ਰਿਪੋਰਟ 'ਚ। ਅਕਸਰ ਇਹ ਗੱਲ ਰਹਿੰਦੀ ਹੈ ਕਿ ਸੂਬੇ 'ਚ ਜਿਹੜੀ ਸਰਕਾਰ ਆਵੇਗੀ ਡੀਜੀਪੀ ਵੀ ਸਰਕਾਰ ਦੀ ਪਸੰਦੀਦਾ ਆਵੇਗਾ। ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਪਰ ਡੀਜੀਪੀ ਅਕਾਲੀ ਦਲ ਸਰਕਾਰ ਵਾਲਾ ਹੀ ਰਿਹਾ। ਕਾਂਗਰਸ ਨੇ ਡੀਜੀਪੀ ਨੂੰ ਬਦਲਣਾ ਤਾਂ ਕੀ ਸੀ, ਉਲਟਾ ਡੀਜੀਪੀ ਦੇ ਕਾਰਜਕਾਲ 'ਚ ਲਗਾਤਾਰ ਵਾਧਾ ਹੁੰਦਾ ਗਿਆ। ਇੱਕ ਵਾਰ ਫਿਰ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ 'ਚ 9 ਮਹੀਨੇ ਦਾ ਵਾਧਾ ਕਰ ਦਿੱਤਾ ਗਿਆ, ਜਿਸ ਮੁਤਾਬਿਕ ਹੁਣ ਡੀਜੀਪੀ ਸਤੰਬਰ 2019 ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਆਓ ਮਾਰਦੇ ਹਾਂ ਇੱਕ ਨਜ਼ਰ ਸੁਰੇਸ਼ ਅਰੋੜਾ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਦੀਆਂ ਸਫਲਤਾਵਾਂ 'ਤੇ। ਅਕਤੂਬਰ 2015 'ਚ ਬੇਦਬੀ ਕਾਂਡ ਤੋਂ ਬਾਅਦ ਸੁਰੇਸ਼ ਅਰੋੜਾ ਨੇ ਪੰਜਾਬ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ। ਕਰੀਬ 2 ਸਾਲ ਅਕਾਲੀ ਦਲ ਦੀ ਸਰਕਾਰ 'ਚ ਰਹਿਣ ਤੋਂ ਬਾਅਦ ਸੁਰੇਸ਼ ਅਰੋੜਾ ਕਾਂਗਰਸ ਸਰਕਾਰ ਦੇ ਵੀ ਪਸੰਦੀਦਾ ਡੀਜੀਪੀ ਬਣ ਗਏ। ਕਾਰਨ ਸੀ ਡੀਜੀਪੀ ਦੀ ਮੌਜੂਦਗੀ 'ਚ ਪੰਜਾਬ ਪੁਲਿਸ ਦੀਆਂ ਕਾਮਯਾਬੀਆਂ। ਪੰਜਾਬ 'ਚ ਟਾਰਗੇਟਿੰਗ ਕਿਲਿੰਗ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਅਤੇ ਇਸ ਦੀ ਜਾਂਚ ਵੀ NIA ਨੂੰ ਦੇ ਦਿੱਤੀ ਗਈ ਸੀ, ਪਰ ਪੰਜਾਬ ਪੁਲਿਸ ਨੇ RSS ਦੇ ਨੇਤਾਵਾਂ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ। ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਵੀ ਡੀਜੀਪੀ ਲਈ ਵੱਡੀ ਕਾਮਯਾਬੀ ਸੀ। ਨਸ਼ੇ ਦਾ ਮੁੱਦਾ ਵੀ ਪੰਜਾਬ ਪੁਲਿਸ ਤੇ ਸਰਕਾਰ ਲਈ ਸਿਰਦਰਦੀ ਸੀ, ਜਿਸ ਤੇ ਪੰਜਾਬ ਪੁਲਿਸ ਨੇ ਨਕੇਲ ਕੱਸੀ। ਮਕਸੂਦਾ ਬੰਬ ਬਲਾਸਟ ਵੀ ਪੰਜਾਬ ਪੁਲਿਸ ਨੇ ਕੁਝ ਸਮੇਂ 'ਚ ਹੀ ਹੱਲ ਕਰ ਲਿਆ। ਨਿਰੰਕਾਰੀ ਭਵਨ 'ਚ ਹੋਏ ਗ੍ਰਨੇਡ ਹਮਲੇ ਦੇ ਦੋਸ਼ੀਆਂ ਨੂੰ ਵੀ ਪੰਜਾਬ ਪੁਲਿਸ ਨੇ 3 ਦਿਨਾਂ 'ਚ ਗ੍ਰਿਫਤਾਰ ਕਰ ਲਿਆ। ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣਨ ਕਾਰਨ ਵੀ ਡੀਜੀਪੀ ਸਰਕਾਰ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਦੇ ਪਸੰਦੀਦਾ ਬਣੇ ਹੋਏ ਨੇ। ਇਸ ਤੋਂ ਇਲਾਵਾ ਡੀਜੀਪੀ ਸੁਰੇਸ਼ ਅਰੋੜਾ ਨੂੰ ਕਈ ਮੈਡਲਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ, ਪਰਾਕਰਮ ਮੈਡਲ, ਵਿਸ਼ੇਸ਼ ਡਿਊਟੀ ਪੁਲਿਸ ਮੈਡਲ, ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ, ਰਾਸ਼ਟਰਪਤੀ ਪੁਲਿਸ ਮੈਡਲ ਅਤੇ 2011 'ਚ ਸ਼ਾਨਦਾਰ ਪੁਲਿਸ ਸੇਵਾਵਾਂ ਲਈ DG ਕੋਮੈਂਡੇਸ਼ਨ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਪੁਲਿਸ ਦੇ ਮੁਖੀ DGP ਸੁਰੇਸ਼ ਅਰੋੜਾ ਦੇ ਕਾਰਜਕਾਲ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇੱਕ ਵਾਰ ਫਿਰ ਵਾਧੇ ਕਾਰਨ ਹੁਣ DGP ਸੁਰੇਸ਼ ਅਰੋੜਾ ਸਤੰਬਰ 2019 ਤੱਕ ਪੰਜਾਬ ਪੁਲਿਸ ਦੇ DGP ਬਣੇ ਰਹਿਣਗੇ। ਨਿਊਜ਼ ਡੈਸਕ ਤੋਂ ਮਨਪ੍ਰੀਤ ਸਿੰਘ ਕਾਲੋਂ ਦੇ ਨਾਲ ਰਿਮਾਂਸ਼ੂ ਗਾਬਾ ਦੀ ਰਿਪੋਰਟ, ਦੈਨਿਕ ਸਵੇਰਾ TV।